ਪਹਿਲਾ ਆਰਟੀਕਲ ਇਸ ਵੇਲੇ ਦਾ ਹਿੱਟ ਆਰਟੀਕਲ ਲੈ ਕੇ ਆਇਆ। ਦੇਖੋ ਫੋਨ ਚਲਾ ਰਿਹਾ ਕਿਉਂਕਿ ਇਹ ਵੇਟ ਕੱਢਦਾ ਪਹਿ ਆਰਟੀਕਲ ਦਾ ਨਾਮ ਪੂਲ ਕਰੇਪ ਪੂਲ ਲਿਹਾਵੇਂ ਕੀ ਸੀਗਾ ਇਹਦਾ? ਹਾਂਜੀ। ਕੱਪੜਿਆਂ ਦਾ ਨਾਮ ਹੈ ਜੀ ਸ਼ਿਮਰ। ਓਕੇ। ਸ਼ਿਮਰ ਦਾ ਸੂਟ ਆਏਗਾ ਜੀ ਸ਼ਿਮਰ ਕਰੇਪ ਜੂਮ ਆਪਾਂ ਕਹਿੰਦੇ ਆ ਕਲਰ ਤੁਹਾਨੂੰ ਵਿੱਚ ਬੜੇ ਸੋਹਣੇ ਮਿਲ ਜਾਣਗੇ। ਸਾਰੇ ਡਸਟੀ ਚਾਰਟ ਆਣਗੇ ਬਹੁਤ ਹੀ ਸੋਹਣਾ ਰੇਡ ਤੇ ਕਪੜਾ ਬੜਾ ਸੋਹਣਾ। ਸੋ ਵਿਊਅਰਸ ਆਪ ਚੈੱਕ ਕਰੇ ਕੁਝ ਇਸ ਤਰ੍ਹਾਂ ਦੇ ਕਲਰ ਆਪਸ਼ਨ ਦੇਖਿਏ। भैया आप ऑनलाइन जैसे कि अभी फोन चला ही रहे हो रेट देख ही रहे हो हाँ जी। इतना जरूर देखना कि इंस्टाग्राम में ये ही आर्टिकल सूट के कितने 850 का सेल होता है ये वाला 850 जी मैं देखो थाने की रेट लगा के दूंगा बिल्कुल मैं थाने आर्टिकल लगा के दूंगा सेवर सेवर पहला कलर देख लो फिर थाने दूंगा सो व्यूअर्स आप चेक करें कुछ इस तरह से रेट वाले इस पे कलर ऑप्शन प्राइस रेंज आपको अभी बता रहे हैं भैया कैलकुलेट कर रहे हैं रेट पहला कलर दिखाते सारे कलर हो भी बहुत ने और बस थाने करना पड़ेगा शॉप पे उते विजिट

ਨੈਕਸਟ ਆਰਟੀਕਲ ਨੈਕਸਟ ਆਰਟੀਕਲ ਹੁਣ ਆਪਾਂ ਤੁਹਾਨੂੰ ਦਿਖਾਣੇ ਆਂ ਹਾਂਜੀ ਅਗਲਾ ਆਰਟੀਕਲ ਦਿਖਾਣੇ ਆਂ ਜੀ ਐਸ ਸੀ ਜੈਨ ਦੀ ਪ੍ਰਿੰਟਡ ਕਰੇ ਦਿਖਾਓ ਜੀ ਵੀਰ ਜੀ ਫੋਲੋ ਪੀਸ ਇਹ ਦੇਖਿਓ ਵੀਰ ਸਭ ਚੈੱਕ ਕਰੇ ਕਿਆ ਲਾਜੋ ਆਪ ਲੋਕ ਕਿਆ ਕੱਪੜਾ ਹੈ ਜੀ ਪਿਓਰ ਚਿਨੋਨ ਪਿਓਰ ਚਿਨੋਨ ਦਾ ਸੂਟ ਜੀ ਨਾਲ ਐਸ ਸੀ ਜੈਨ ਦੀ ਮੂਵ ਦਿਖਾ ਦਿਓ ਇੱਕੋ ਇਹ ਦੇਖਿਓ ਵੀਰ ਸਭ ਚੈੱਕ ਕਰੇਗੇ ਐਸ ਵੀ ਜੈਨ ਦੀ ਮੋਰ ओरिजिनल ਜੇ ਇਹ ਐਕਸ ਮਿਲ ਹੈ ਜੀ ਮਾਲ ਦੀ 90 ਰ ਮੀਟਰ ਜੀ 90 ਰ ਮੀਟਰ ਵਾਲਾ ਮਾਲ ਹੈ ਹਾਂ ਜੀ ਯਾਨੀ ਕਿ 640 ਰ ਸੂਟ ਬਾਜ਼ਾਰ ਚ ਵੀ ਕਰ ਬਿਲਕੁਲ ਪਰ ਇੰਟਰ ਦੇਖੋ ਕਿੰਨੇ ਸੋਨੇ ਅ ਬੂਟੀ ਵਾਲਾ ਮਾਲ ਵੀ ਤੁਹਾਨੂੰ ਵਿੱਚੀ ਅ ਬੂਟੀ ਹੈ ਸਾਰੇ ਕੱਪੜੇ ਦੇ ਵਿੱਚ ਜੀ ਵੀਰ ਜੀ ਅ ਰੇਟ ਦੇਖੋ ਕੀ ਲਗਾ ਕੇ ਦਾਂ ਕੁਆਲਟੀ ਦੇਖੋ ਚੀਜ਼ ਦੇਖੋ ਆਈਟਮ ਮੈਂ ਤੁਹਾਨੂੰ ਲਗਾ ਕੇ ਦੂੰਗਾ 7 ਤੇ 7 299 ਦੇ ਵਿੱਚ 2.99 ਦੀ ਪ੍ਰਾਈਸ ਰੇਂਜ ਹੈ ਭਈਆ ਆਪਨੇ ਜੋ ਬ੍ਰਾਂਡ ਦਿਖਾਇਆ ਹੈ ਨਾ ਮਤਲਬ 299 ਕਹਾ ਇਹ ਮਿਲੇਗਾ 299 ਸੇ ਮਿਲੇਗਾ ਤੁਹਾਨੂੰ ਅਹਮਦਾਬਾਦ ਵਾਲਿਆਂ ਦੇ ਕੀ ਬਾਤ ਹੈ ਜੀ ਕੀ ਬਾਤ ਹੈ ਮਤਲਬ ਮੇਰੇ ਹਿਸਾਬ ਸੇ ਹਜ਼ਾਰੋਂ ਮੀਟਰ ਲੈਣੇ ਕੇ ਬਾਅਦ ਇਹ ਰੇਟ ਮਿਲਦਾ ਲੇਕਿਨ ਆਪਕੇ ਲਈ ਸਪੈਸ਼ਲ ਹਾਂਜੀ ਤੁਹਾਡੇ ਵਾਸਤੇ ਸਪੈਸ਼ਲ ਰੇਟ ਹੈ ਜੀ ਤੁਹਾਡੇ ਮੇਰੇ ਬਾਬੂ ਬਾਬਗੇ ਗਾਕਾਂ ਵਾਸਤੇ ਜੋ ਇੰਨਾ ਮਤਲਬ ਕਿ ਮਾਨ ਬਖਸ਼ਰੇ ਨੇ ਉਹਨਾਂ ਵਾਸਤੇ ਆਈਆਂ ਜੀ ਜਿਹਾਪਾ ਲੱਬ ਲੱਬ ਕੇ ਲੈ ਕੇ ਆਨੇ ਜੀ ਬਿਲਕੁਲ ਜੀ ਇਸ पे ਡਿਜ਼ਾਈਨਿੰਗ ਦੇਖੀ ਡਿਜ਼ਾਈਨਿੰਗ ਇਹਦੇ ਵਿੱਚ ਬਹੁਤ ਹੈ ਜੀ ਜਲਦੀ ਜਲਦੀ ਆਓ ਆਣਾ ਕਾਪੇ ਜੀ ਅਹਮਦਾਬਾਦ ਵਾਲੋ ਕੀ ਮਸ਼ਹੂਰ ਅਟਟੀ ਪਏ ਸੋ ਨੈਕਸਟ ਆਰਟੀਕਲ ਦੇਖੀਏ ਵੀਰਸ ਨੈਕਸਟ ਆਰਟੀਕਲ ਹੁਣ ਜਿਹੜਾ ਤਾਂ ਹੁਣ ਦਿਖਾਵਾਂਗਾ ਪਹਿਲਾਂ ਆਹ ਦੇਖ ਲੇ ਤੁਸੀਂ ਆਰਟੀਕਲ ਬਹੁਤ ਹੀ ਪਿਆਵੇ ਜੀ ਰੇਟ ਦਸ ਹੈ 299

ਵਿਆਹ ਵਾਲਾ ਗਾਹਕ ਤਾਂ ਹੈਗਾ ਹੀ ਹੈਗਾ ਕਦੇਵਾ ਚੌਥ ਵਾਲਾ ਗਾਹਕ ਵੀ ਹੈਗਾ ਇਹ ਆਈਟਮ ਜਿਹੜੀ ਹੈ ਵਿਆਹ ਸ਼ਾਦੀ ਦੇ ਹਿਸਾਬ ਜੀ ਦਿਖਾਉਣਾ ਪਏ ਕਿਉਂਕਿ ਜਿਨ੍ਹਾਂ ਨੇ ਲੈਣੇ ਦੇਣ ਲੈਣ ਵਾਸਤੇ ਜੀ ਜੀ ਬਿਲਕੁਲ ਜਿਨ੍ਹਾਂ ਨੇ ਗਿਫਟ ਕਰਨੀਆਂ ਕੁੜੀਆਂ ਨੂੰ ਸੂਟ ਤੇ ਸੂਟ ਉਹ ਹੋਵੇ ਜਿਹੜਾ ਪਾਣ ਵਾਲਾ ਹੋਵੇ ਹਾਂਜੀ ਸਹੀ ਕਿਹਾ ਜੀ ਜੇ ਗਲਤ ਚੀਜ਼ ਦਵਾਂਗੇ ਤੇ ਗਾਹਕ ਮੁੜ ਕੇ ਨਹੀਂ ਆਏਗਾ ਇਸ ਕਰਕੇ ਤੁਹਾਨੂੰ ਚੀਜ਼ਾਂ ਉਹ ਦਵਾਂਗੇ ਕਿ ਤੁਹਾਡਾ ਮਨ ਖੁਸ਼ ਹੋਏਗਾ ਜੀ ਤੁਸੀਂ ਕਹੋਗੇ ਕਿ ਮਜ਼ਾ ਆ ਗਿਆ ਜੀ ਇਸ ਮਾਲ ਲੈ ਕੇ ਜੀ ਉਹ ਆ ਦੇਖੋ ਜੀ ਦੁਪੱਟੇ ਦੇ ਵੀ ਕਢਾਈ ਹੈ ਗਲੇ ਤੇ ਵੀ ਵਰਕੇ ਹੈ ਪੱਲੇ ਤੇ ਵੀ ਵਰਕੇ ਨਾਲ ਦੁਪੱਟਾ ਦੇਖੋ ਪੀਸ ਦਾ ਕਿੰਨਾ ਹੀ ਪਿਆਰਾ ਇਹਦੇ ਕਲਰ ਤੁਹਾਨੂੰ ਮਿਲ ਜਾਣਗੇ ਜੀ ਚਾਰ ਚਾਹੇ ਕਲਰ ਬੜੇ ਪਿਆਰੇ ਔਰ ਰੇਟ ਕੀ ਬਾਤ ਕਰੇ ਬਈਆ ਰੇਟ ਤੁਹਾਨੂੰ ਮੈਂ ਆਰਟੀਕਲ ਲਗਾ ਕੇ ਦੂੰਗਾ ਸਿਰਫ ਤੇ ਸਿਰਫ ਕੈਲਕੂਲੇਟਰ ਕਿੱਥੇ ਮੇਰਾ ਇਹ ਤੁਹਾਨੂੰ ਮੈਂ ਲਗਾ ਕੇ ਦੂੰਗਾ 300 ਤੇ 90 ਬਈ ਸਿਰਫ 3 ਦਬ 390 की प्राइस है 390 जी 390 नाम पढाई एक मिनट ना आर्टिकल ना 390 روپے دے وچ جی تے میں کہنا ایک بار ਤੁਸੀਂ ਆਈਟਮ ਲੈ گئے ਤੁਸੀਂ کہنا ਕਿ ਅਸੀਂ ਚਾਰ ਸੈਟ ਲੈਣੇ ਆ ਪੰਜ ਲੈਣੇ ਆ ਬਿਲਕੁਲ ਅਗਲਾ ਆਰਟੀਕਲ ਲਿਆਓ ਜੀ ਸੋ ਇਹ ਦੇਖिए नेक्स्ट वन आर्टिकल जो आपको दिखाया जा रहा है देखिए आज की वीडियो में हो क्या रहा है ਲਿਆਓ ਹੋਰ ਫਾਇਦਾ ਕਰ ਦਿੰਦੇ ਆ ਪਿਛਲੇ ਆਰਟੀਕਲ ਖੋਲ ਦੋ ਵਾਪਸ ਜੀ ਵਾਪਸ ਖੋਲ ਦੋ ਖੋਲ ਦੋ ਸਿੰਸੇ ਮੈਂ ਇੱਕ ਵਾਰ ਫਿਰ ਹੋਰ ਫਾਇਦਾ ਕਰ ਦਿੰਦੇ ਆ ਹੋਰ ਫਾਇਦਾ ਕਰ ਦਿੰਦੇ ਆ ਜੀ ਇਹ ਤੁਹਾਨੂੰ ਆਰਟੀਕਲ ਲਗਾ ਦੇਣਾ ਮੈਂ नफे, नफे। पन्ताली। पन्ताली 345 345 345 ਕਿੰਨਾ ਪਹਿਲਾਂ ਕਿੰਨਾ ਬੋਲਿਆ ਸੀਗਾ 390 ਦੇਖੋ ਸਿੱਧਾ ਹੀ ਘਟ ਗਏ ਸਿੱਧਾ ਹੀ ਘਟ ਗਏ 345 45 ਪੇ ਹੁਣ ਐਡੀਟਰ ਸਾਹਿਬ ਨੂੰ ਕਹਿ ਰਹੇ ਥਾਲੇ 345 ਲਿਖ ਰਹੇ 345 ਵੀਵਰਸ ਅਗਰ ਆਹ ਮੈਂ ਐਡੀਟਰ ਸਾਹਿਬ ਕੋਈ ਸ਼ਾਰਾ ਆਰਟੀਕਲ ਪਰੰਪਰਾ ਦਾ ਸੂਟ 345 ਪੇ ਜੀ ਬਿਲਕੁਲ ਨੈਕਸ ਆਰਟੀਕਲ ਜੋ ਆਪਕੋ ਦਿਖਾਣੇ ਨੇ ਨੈਕਸ ਆਰਟੀਕਲ ਹੁਣ ਤੁਹਾਨੂੰ ਦਿਖਾਵਾਂਗੇ ਜੀ ਮਸਲਿਨ ਦੇ ਉੱਤੇ ਜੀ ਬਿਲਕੁਲ ਪਹਿਲਾਂ ਮਸਲਿਨ ਦੇ ਪਹਿਲਾਂ ਸਸਤੇ ਪਹਿਲਾਂ ਸਸਤੀ ਵੇਂਜਾ ਦਿਖਾ ਦਿੰਨੇ ਕਿ ਜੇ ਹੁਣ ਡੇਨ ਲੜ ਵਾਲੀ ਜਿਹੜੀ ਹੈਗੀ ਅਦਾਰ ਦੇ ਦਿਖਾ ਦਾਂਗੇ ਕੋਈ ਅਦਾਰ ਵਿੱਚ ਹੈ ਖੋਲ ਦੇ ਇੱਕ ਪੀਸਾ ਖੋਲ ਦੇ ਕੋਈ ਤੇਲ ਮਨਚ ਤੋਂ ਥੋੜੀ ਕਿ ਮਾਲ ਹਲਕਾ ਹੈਗਾ ਕਿ ਜਿਹੜਾ ਪਲ ਖੋਲ ਕੋ ਕੇ ਖੋਲਾਂਗੇ ਮਾਲ ਵਧੀਆ ਆਪਣੀ ਚੀਜ਼ ਵਧੀਆ ਆਪਣੀ ਕੀ ਮੂੰਹ ਬੋਲਦੀ ਆਪਾਂ ਖੋਲ ਕੇ ਦਿਖਾਵਾਂਗੇ ਇਹ ਸਾਡੇ ਮਨਚ ਤੋਂ ਹੋਵੇਗਾ ਸਾਡਾ ਮਾਲ ਹਲਕਾ ਹੋਗਾ ਸੀ ਬਿਲਕੁਲ ਹੀ ਖੋਲ ਕੇ ਦਿਖਾਵਾਂਗੇ ਸੀ ਮੂੰਹ ਇੱਥੇ ਮੈਂ ਕੀ ਕਹਿ ਸਕਦਾ ਨਾ ਕੁਝ ਵੀ ਨਹੀਂ ਨਾਮ ਵੀਰ ਦਾ ਨਾਮ ਲਿਖਿਆ ਹੈ ਪੱਕਾ ਨਾਮ ਨਹੀਂ ਲਿਖਿਆ ਮੇਰਾ ਪੱਕਾ ਨਾਮ ਹੈ ਮਨਜੋਤ ਸਿੰਘ ਜੀ ਵੀਰ ਜੀ ਹਾਂ ਜੀ ਆ ਦੇਖੋ ਜੀ ਹੁਣ ਇਹ ਦੁਪੱਟਾ ਆਏਗਾ ਜੀ ਫੌਕਸ ਦਾ ਹਾਂਜੀ ਫੌਕਸ ਦਾ ਦੁਪੱਟਾ ਜਾਮ ਦੀ ਜਾਮ ਦਾ ਸੂਟ ਗੱਲੇ ਤੇ ਕਢਾਈ ਬਹੁਤ ਸੋਹਣੀ ਚੀਜ਼ ਹੈ ਕੰਟਰਾਸਟ ਵਾਟਨ ਦਾ ਕਲਰ ਚਾਰ ਇਹਦੇ ਵਿੱਚ ਇੱਕ ਕਲਰ ਚਾਰ ਤੁਹਾਨੂੰ ਹੋਬ ਮਿਲ ਜੇਗਾ ਜੀ ਐਦਾਂ ਹੀ ਦਿਖਾ ਦਿਓ ਹੁਣ ਇਹ ਇੱਕ ਸੂਟ ਕਿੰਨੇ ਦਾ 230 ਰੁਪਏ ਦਾ ਸਿਰਫ 230 230 ਰੁਪਏ ਦਾ ਕੀ ਬਾਤ ਹੈ ਯਾਰ 200 ਰੁਪਏ ਵਿੱਚ ਰਹਾ ਵੇ ਹੋਲ ਸੇਲ ਚ ਜੀ 230 ਰੁਪਏ ਦਾ ਤੁਸੀਂ 300 ਵੇਲੇ ਆ ਕੇ ਵੇਚਿਆ ਕੀ ਬਾਤ ਲਓ ਨੈਕਸਟ ਆਰਟੀਕਲ ਜੀ ਸੋ ਬਈ ਹੈ ਕਿ ਦੇਖਿਏ ਬਹੁਤ ਮੇਰੇ ਨਾਲ ਆਪਸੇ ਬਈਆ ਆਫਸਾ ਹੋ ਗਿਆ ਵੀਡੀਓ ਬਣਾਇ ਕੋ ਅੱਜ ਵੀ ਨਹੀਂ ਸੀ ਬਣਾਣੀ ਜੀ ਲੇਕਿਨ ਐਸੇ ਮਾਤਮਾਰੀ ਕਿਪਾ ਇੰਨਾ ਸੋਨਾ ਰਿਸਪੌਂਸ ਮਿਲਦਾ ਪਿਆ YouTube ਦਾ ਵੀ ਮਿਲਦਾ ਪਿਆ ਇੰਸਟਾ ਦਾ ਵੀ ਮਿਲਦਾ ਪਿਆ ਵੀਡੀਓ ਪਾਈਏ ਨਾ ਪਾਈਏ ਫਿਰ ਵੀ ਰਿਸਪੌਂਸ ਮਿਲਦਾ ਪਿਆ ਕਿਉਂਕਿ ਜਿਹੜਾ ਇੱਕ ਗਾਗ ਦਬਿਆ ਹੋਇਆ ਸੀਗਾ ਜਿਹੜੇ ਕਸਰ ਕੋਈ ਮਤਲਬ ਵਹਿਮ ਵੈਸੇ ਕਈ ਕਰਦੇ ਹੁੰਦੇ ਨੇ ਜਿਹੜੇ ਸ਼ਰਦ ਦਾ ਉਹ ਸਾਰੇ ਮਤਲਬ ਕਿ ਦਿਲ ਖੋਲ ਕੇ ਸ਼ਾਪਿੰਗ ਕਰਦੇ ਬਿਲਕੁਲ ਦਿਲ ਖੋਲ ਕੇ ਔਰ ਇਸ ਵਾਰ ਤਾਂ ਅਭੀ ਸ਼ੁਰੂਆਤ ਹੋਈ ਹੈ ਭਈਆ ਅਲੇ ਸਟਾਰਟਿੰਗ ਕੋ ਇਹ ਅਜ ਕਿੰਨਾ ਕਿਨਵਨ ਰਹਤਾ ਹੈ ਅਜ ਆਜ ਇਸ ਪੰਜਵੇਂ ਆਜ ਪੰਜਵੇਂ ਦਾ ਰਹਤਾ ਜਦ ਵੀਵਰਸ ਵੀਡੀਓ ਦੇਖ ਰਹੇ ਆ ਫਿਰ ਇਹ ਆ ਛੇਵਾਂ ਹੋ ਜਾਣਾ ਛੇਵਾਂ ਹੋ ਜਾਣਾ ਫਿਰ ਛੇ ਫਿਰ ਕਰਵਾ ਚੌਥ ਫਿਰ ਦੀਵਾਲੀ ਫਿਰ ਫਿਰ ਮੈਂ ਕਹਿੰਦਾ ਸੀਜ਼ਨ ਹੀ ਸੀਜ਼ਨ ਹੈ ਬਿਲਕੁਲ ਵੀਰ ਜੀ ਫਿਰ ਸਰਦੀ ਦਾ ਸੀਜ਼ਨ ਆ ਜਾਣਾ ਵਿਆਹ ਤਾਂ ਬਹੁਤ ਐਤ ਕੀ ਵਿਆਹ ਬਹੁਤ ਚੱਲਨੇ ਨੇ ਲੈ ਹੁਣ ਅਗਲਾ ਆਰਟੀਕਲ ਲਖਾਨੇ ਵਿਆਹ ਬਹੁਤ ਚੱਲਨੇ ਨੇ ਇਸ ਕਰਕੇ ਹੁਣ ਆਈਟਮ ਮੈਂ ਲੈ ਕੇ ਆਇਆ ਮਸਲਿੰਦ ਦੀ ਜਿਹੜੀ ਤੁਹਾਨੂੰ ਕਿਸੇ ਵੀ 525 550 ਰੁਪਏ ਘੱਟ ਨਹੀਂ ਮਿਲਣੀ ਮੈਂ ਧੂਮ ਧੜਾਕਾ ਸੇਲ ਦੇ ਵਿੱਚ ਤੁਹਾਨੂੰ ਲਗਾ ਕੇ ਦੂੰਗਾ ਜੀ 450 ਸਿਰਫ ਔਰ ਸਿਰਫ 450 ਮਸਲਿਨ ਦਾ ਸੂਟ ਪੱਲੇ ਦੇ ਕਢਾਈ ਕਰਵਾ ਚੌਥ ਸਟਾਈਲ ਕਨਸੈਪਟ 450 ਰੇਟ ਆਪਕੋ ਪਹਿਲੇ ਬਤਾਇਆ ਇਸ ਲਈ ਬਤਾਇਆ ਹੋ ਕਿਉਂਕਿ ਇਹ ਆਈਟਮਸ ਜੋ ਹੈ ਨਾ ਰੁਕਣ ਵਾਲੇ ਨਹੀਂ ਰੁਕਣ ਵਾਲੀ ਹੈ ਹੀ ਨਹੀਂ ਮੈਂ ਤਾਂ ਹੀ ਰੇਟ ਤੁਹਾਨੂੰ 450 ਜਿਹੜਾ ਦੱਸਤਾ ਨਾ ਜਿੱਥੇ ਮਰਜੀ ਕਸਟਮਰ ਘੁੰਮ ਲਵੇ ਮੁੜ ਕੇ ਆਏਗਾ ਅਹਿਮਦਾਬਾਦ ਵਾਲਿਆਂ ਦੀ ਮਸ਼ਹੂਰ ਹਟੀਕ ਸਸਤਾ ਕਪੜਾ ਥੋੜੀ ਘੱਟੀ ਕਲਰ ਦਿਖਾਓ ਜੀ ਵੀ ਚਾਰ ਕਲਰ ਡਿਜ਼ਾਈਨ ਅਗਲਾ ਵੀ ਖੋਲ ਦਿਓ ਜੀ सो so, you know, आप साथ साथ स्क्रीन ना स्क्रीन शॉट विजिट करें भैया को बताएं कि भैया इस प्रकार के आइटम्स की पिछले साल में कमी रख गया च ओके मेरे को ज्यादा मैं, मैं वैरायटी मंगाई है।, मं है अच्छा भैया एक चीज बताओ ये जो आप आर्टिकल्स दिखाते हो ये तो दिखाते हो अपनी मर्जी के ठीक है इसके अलावा क्या कुछ मिलेगा क्या कुछ मिलेगा यहाँ पे अगर कोई यहाँ सोचोगे तो वो मिलेगा जिस मतलब जिसको पता ही नहीं है मुंह बोलो तो की चाहिए तो मिलेगा ओके जे भाजी ਐਡ ਨਹੀਂ ਕਰਨੀ ਆਪੇ ਕੋਈ ਵੀ ਹਮਾਰੇ ਈ ਵਿਊਅਰਸ ਐ ਫਾਇਦਾ ਕਰਨੇ ਹੁਣ ਮੈਂ ਤੁਹਾਨੂੰ ਦੱਸਦਾ ਪਿੱਛੇ ਇੰਨਾ ਵਧੀਆ ਬਣਿਆ ਹੋਇਆ ਸੀਗਾ ਸਿਸਟਮ ਹਾਂਜੀ ਸਾਰਾ ਦਿਨ ਆਪ ਗਾਕਾ ਕਰਨਾ ਦੁਕਾਨ ਤੇ ਸ਼ਾਮ ਵੇਲੇ 7 ਵਜੇ ਆਪ ਲਾਈਵ ਹੋ ਜਾਣਾ ਦੁਕਾਨ ਤੇ ਓਕੇ ਗੱਲਾਂ ਮਾਰਨੀਆ ਗਾਕਾ ਨਾਲ ਫੋਲੋਅਰਸ ਨਾਲ ਆਪਣੇ ਗੱਲਾਂ ਮਾਰਨੀਆ ਬੜੀਆਂ ਸੋਹਣੀਆਂ ਕਿਸੇ ਨੂੰ ਪੁੱਛਣਾ ਨਾਲ ਸੂਟ ਦਿਖਾਣੇ ਬੜਾ ਸੋਹਣਾ ਹੁਣ ਉਹ ਪੁੱਛਦੇ ਮੈਸੇਜ ਆਵ ਕੇ ਤੁਸੀਂ ਲਾਈਵ ਨਹੀਂ ਹੁੰਦੇ ਤੁਸੀਂ ਲਾਈਵ ਨਹੀਂ ਹੁੰਦੇ ਲਾਈਵ ਕਿਉਂ ਨਹੀਂ ਹੁੰਦੇ ਤੁਹਾਨੂੰ ਮੈਂ ਦਿਖਾਵਾਂਗਾ ਐਂਡ ਦੇ ਵਿੱਚ ਉਹਦਾ ਰੀਜ਼ਨ ਕੀ ਐ ਡਾ ਜ਼ਿਆਦਾ ਖਲਾਰਾ ਪਾਇਆ ਹੋਇਆ ਹੈ ਨਾ ਇੱਕ ਨਾ ਕਮਰੇ 'ਚ ਨ ਨਹੀਂ ਉਹ ਪੜਨਾ ਦਿੱਤਾ ਹੁ ਬਈਆ ਮੈਂ ਇਹ ਦੇਖੀਏ ਬਹੁਤ ਇਹ ਅਜਰੀ 100 ਪੰਡਾ ਗਣਕੇ ਬਾਦੀ ਵਾਹ ਇਹ 100 ਪੰਡਾ ਇਹਨੇ 100 ਪੰਡ ਕਾਦੀ ਹੈ ਇਹ ਸੂਟਾਂ ਨਹੀਂ ਜਿਹੜੇ ਸੂਟ ਖੁੱਲਿਓਏ ਨੇ ਇਹ ਅਜਰੀ ਹੈ ਕੱਲੇ ਇਹ ਅਜਰੀ ਅੱਜ ਵੀਡੀਓ ਬਣਾਣੀ ਸੀ YouTube ਵਾਲੀ ਤਾਂ ਕਰਕੇ 100 ਪੰਡ ਬਣਾ ਕੇ ਰੱਖੀਏ ਜਿਹਨੂੰ ਤੈਹ ਲਾਣੇ ਵਾਲ ਨੂੰ ਹੁਣ ਤੁਸੀਂ ਸੋਚ ਲਓ ਇੱਕ ਪੰਡ ਦੇ ਵਿੱਚ ਕਿੰਨੇ ਸੂਟ ਆਉਂਦੇ ਨੇ ਅੱਜ ਵੀ ਪੁੱਛਿਆ ਅੰਦਰ 25 ਸੂਟ ਇੱਕ ਪੰਡ ਚਾਹੁੰਦੇ ਆ 100 ਪੰਡ ਯਾਨੀ ਕਿ 2500 ਸੂਟ ਤੈਹ ਲੱਗਣ ਨਾਲ ਠੀਕ ਕੀ ਬਾਤ ਹੈ ਹੁਣ ਲਾਓ ਸਾਫ ਪਰ ਮਾਤਾ ਮਰੀ ਕਿਰਪਾ ਨਾਲ ਐਨਾ ਸੋਹਣਾ ਮਤਲਬ ਕਿ ਵਧੀਆ ਰਿਸਪੌਂਸ ਫਰਮਾਤਮਾ ਦੀ ਕਿਰਪਾ ਤਾਂ ਇਹ ਸਾਵੇ ਕੁਛ ਹੁੰਦਾ ਕੁਝ ਨਹੀਂ ਹੁੰਦਾ ਵਾਕਈ ਆ ਦੇਖੋ ਨੇਰੇ ਕਲਰ ਕਿੰਨੇ ਸੋਹਣੇ ਆ ਰੇਟ ਉਹੀ 6400 ਜਿਹੜਾ ਮੋਰ ਜਿਹਦਾ 400 ਇੱਕ ਡਿਜ਼ਾਈਨੇ ਚ ਫੋਲd ਖੋਲ ਕੇ ਦਿਖਾ ਦੇ ਜੀ ਦੇਖਿਏ ਕਪੜਾ ਹੈ ਕਪੜਾ ਤਾਂ ਅੱਜ ਨਹੀਂ ਤਾਂ ਕੱਲ बिक ਜਾਏਗਾ ਲਾਈਵ ਤਾਂ ਹੀ ਨਹੀਂ ਹੋ ਰਹੇ ਕਿਉਂਕਿ ਮਾਲ ਬਹੁਤ ਜ਼ਿਆਦਾ ਖੁੱਲ ਜਾਂਦਾ ਹੈ ਬਹੁਤ ਜ਼ਿਆਦਾ ਖੁੱਲ ਜਾਂਦਾ ਤੇ ਸ਼ਾਮੀ ਸਮਝ ਨਹੀਂ ਆਉਂਦੀ ਕੀ ਦਿਖਾਈਏ ਤੇ ਕੀ ਨਾ ਦਿਖਾਈਏ ਜੀ ਇੰਨਾ ਮਾਲ ਖੁੱਲਿਆ ਦੇਖ ਕੇ ਆਪਣੇ ਆਪ ਨੂੰ ਕਹਿੰਦਾ ਆਟੋਂ ਲੈ ਜੇ ਤੇ ਸਮੁੰਦਰ ਬਣ ਜਾਂਦਾ ਐਡਾ ਕਿ ਡੁਬਕੀਆਂ ਲਗਾ ਲਵਾਂ। ਭਈਆ ਜਦ ਮੈਂ ਆਇਆ ਥਾ ਨਾ ਮੇਰੇ ਹਿਸਾਬ ਸੇ ਅਭੀ 2-3 ਤੁਸੀਂ ਕਿੰਨੇ ਵਜੇ ਆ ਕੇ ਬੈਠੇ ਸੀ? ਮੈਂ 6 ਵਜੇ ਆ ਗਿਆ ਸੀ। ਹੁਣ ਕਿੰਨੇ ਵਜ ਗਏ? ਅਭੀ 8:30 8:30 ਹੋ ਗਏ ਆ। ਹੂੰ 8:30 ਹੋ ਗਏ ਨੇ ਹੁਣ। ਜੀ। 2.5 ਘੰਟੇ ਤੇ ਖਲਾਵਿਆ ਨਹੀਂ ਚੱਕਿਆ ਗਿਆ ਹਲੇ ਕੱਲੇ ਗੋਲੇ ਵੱਜੇ ਨੇ। ਜੀ। ਆ ਚੀਜ਼। ਹੁਣ ਆ ਵੀ ਆਈਟਮ ਦੇਖੋ ਚਾਰ ਕਲਰ ਰੇਟ ਹੋ ਗਈ 640। ਸਿਰਫ ਔਰ ਸਿਰਫ 450। 2.5 ਕਿ ਮਾਛੜੇ।